बेनती करूंगा कि यह सबर और जबर का मुकाबला है, जित साढ़े सबर की होनी है, हौसले बुलंद तुम रखे हो, कोई नहीं आ मीह कणिया है पंजाबियों नाल पहला तो ही कई बार कुदरत भी साढ़े नाल धक्का कर दी ਨਾਲ ਕਿਉਂਕਿ ਚੀਜ਼ਾਂ ਬਹੁਤ ਕੂੜਾ ਕਰਕਟ ਪਿਆ ਜਿੰਨੀ ਸਾਡੇ ਵੀਰ ਜਿਹੜੇ ਕਿਸਾਨ ਵੀਰ ਸਫਾਈਆਂ ਕਰਦੇ ਨੇ ਪਰ ਰਾਤ ਨੂੰ ਜਿਹੜੇ ਇੱਥੇ ਸਫਾਈ ਕਰਮਚਾਰੀ ਆਉਂਦੇ ਆ ਕਹਿਣ ਨੂੰ ਤਾਂ ਸਫਾਈ ਕਰਦੇ ਝਾੜੂ ਵੀ ਮਾਰਦੇ ਆ ਪਰ ਤੁਸੀਂ ਦੇਖਿਆ ਹੋਵੇਗਾ ਰਸਤੇ ਦੇ ਵਿੱਚ ਕਿੰਨਾ ਗਾਰਾ ਪਿਆ ਦੂਜਾ ਪਿਆ ਜੇ ਕਿਸਾਨ ਵੀਰਾਂ ਨੇ ਆਪਣੀ ਹੈਲਪ ਦੇਣ ਦੀ ਕੋਸ਼ਿਸ਼ ਕੀਤੀ ਸਰਕਾਰ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਨਾ ਕਰਤੀ ਵੀ ਤੁਸੀਂ ਕੁਛ ਨਹੀਂ ਕਰਨਾ ਪਰ ਰਸਤੇ ਦੇ ਵਿੱਚ ਦੇਖੋ ਤੁਸੀਂ ਵੀ ਗਾਰਾ ਕੱਢੀਆਂ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਕਰਨ ਦੇ ਲਈ ਬਹੁਤ ਪਾਲਿਸੀਆਂ ਚੱਲਦੀਆਂ ਪਹਿਲਾਂ ਰੌਲਾ ਪਿਆ ਇੱਥੋਂ ਵੀ कई ने मेरे भरावान ने कहा भी तुम बच के रहो ये कुड़ियाँ भी इतने छड़न गए थोड़े चरित्र की परख होगी उस तो बाद फिर बंदे तरह तरह के छड़ने फिर वो बाद अज इत थोड़े थोड़ा समय पहले वो पैम्फलेट वीर वरत रहे कहते हाँ कहते कानून बहुत वधिया है साड़ी जियो लाइन साड़ा सारा कुछ वधिया ਬਾਬਾ ਬੋਲੇ ਹੰਝੂ ਰਾਜ ਗੁਰੂ ਨੇ ਡੋਲੇ ਬੈਠੇ ਹਾਂ ਪਾਜੀ ਦੇ ਕੋਲੇ ਪਰ ਰੂਹ ਨੂੰ ਚੈਨ ਨਾ ਆਉਂਦੀ ਹੈ ਇਹਨਾਂ ਚੋਰਾਂ ਦੇ ਵਸ ਪੈ ਕੇ ਭਾਰਤ ਮਾਂ ਕਰਲਾਉਂਦੀ ਹੈ ਹੁਣ ਅਸੀਂ ਜੁੜੇ ਹਾਂ ਜਿਨ੍ਹਾਂ ਦੀ 20-30 ਸਾਲ ਉਮਰ ਲੰਘੀ ਸਾਡੇ ਤੋਂ ਵੱਧ ਸਿਆਣੇ ਆ ਪਰ ਮੈਨੂੰ ਲੱਗਦਾ ਜਿੱਦਾਂ ਆਪਾਂ ਨਹੀਂ ਕਿਸੇ ਨੂੰ ਮੈਂ ਆਪਣੇ ਦੱਸਦਾ ਆ ਸਾਡੇ ਮੈਨੇਜਰ ਸਾਹਿਬ ਖੜੇ ਆ ਪ੍ਰੋਗਰਾਮ ਬੁੱਕ ਕਰਨਾ ਹੋਵੇ ਨਾ ਸਾਨੂੰ ਪਤਾ ਲੱਗ ਜਾਂਦਾ ਇਹ ਦੱਸਦੇ ਹੁੰਦੇ ਜਿਹਨੇ ਬੁੱਕ ਕਰਨਾ ਉਹ ਬਾਹਲੇ ਫੇਰੀਆਂ ਫੇਰੀਆਂ ਨਹੀਂ ਕਰਦਾ ਹੁੰਦਾ ਆਪੇ 5-10 ਹਜ਼ਾਰ ਨਹੀਂ ਦੇਖਣਾ ਜਿਹਨੇ ਪੁੱਛੀ ਜਾਣਾ ਭਾਅ ਜੀ ਕਿੰਨੇ ਘੰਟੇ ਪ੍ਰੋਗਰਾਮ ਕਰਦੇ ਹੁੰਦੇ ਅੱਛਾ ਇੰਨੇ ਪੈਸੇ ਇੰਨੇ ਕੁ ਵੀ ਥੱਲੇ ਆ ਜਾਓ ਅੱਛਾ ਭਾਅ ਜੀ ਫਿਰ ਡੀਜੇ ਵੀ ਨਾਲ ਲਿਆਉਂਗੇ ਸਾਊਂਡ ਦੇ ਉਹ ਉਸੇ ਤਰ੍ਹਾਂ ਦੇ ਲੋਲੀਪੌਪ ਇਹ ਦੇ ਰਹੇ ਬਾਪੂ ਭੱਜਿਆ ਉੱਥੋਂ ਜਦੋਂ ਗੀਤ ਮੁੱਕਿਆ ਜਿੱਤ ਕੇ ਜਾਵਾਂਗੇ ਜਾਂ ਫਿਰ ਮਰ ਕੇ ਉਹ ਬਾਪੂ ਨੱਠਿਆ 100 ਰੁਪਏ ਲੈ ਕੇ ਉੱਥੋਂ ਥੱਲੇ ਵਾਲੇ ਭਰਾ ਮੈਂ ਉਹੀ ਬੈਠਾ ਸੀਗਾ ਕਹਿੰਦਾ ਯਾਰ ਅੱਜ ਸਾਨੂੰ ਮਹੀਨਾ ਹੋ ਗਿਆ ਇਹਨੇ ਕਿਸੇ ਨੂੰ 10 ਰੁਪਏ ਨਹੀਂ ਦਿੱਤੇ ਅਤੇ ਤੈਨੂੰ 100 ਰੁਪਏ ਕਿਸੇ ਗੱਲ ਕਰਕੇ ਦਿੱਤੇ ਆ ਵੀ ਇਹਦਾ ਸਤਿਕਾਰ ਕਬੂਲੀ ਹੈ ਜ਼ਿੰਦਗੀ ਦੇ ਖਰਚੇ ਨਾ ਆਪਣੇ ਬਣਾ ਕੇ ਨਾ ਡਰੈਮ ਰੂ ਡਰੈਂਗ ਇਹ ਯਾਦ ਰੱਖੀ ਵੀ ਤੂੰ ਉੱਥੇ ਕਵਿਤਾ ਗਾਉਂਦਾ ਸੀ ਕਿ ਬਾਪੂ ਨੇ ਅੱਖਾਂ 'ਚੋਂ ਪਾਣੀ ਉਹ ਬਾਪੂ ਕਾਫੀ ਸਮੇਂ ਰੋਂਦਾ ਰਿਹਾ ਜਿਹੜੇ ਜਾਣਦੇ ਇਸ ਦਰਦ ਨੂੰ ਸਰਦੀ ਸਰਦੀ ਵਿੱਚ ਬੈਠੇ ਨੇ ਸੜਕਾਂ ਉੱਤੇ ਬਾਬੇ ਇਹ ਜਾਣਦੇ ਨਹੀਂ ਚਾਲਾਂ ਚੁਤਰਾਈਆਂ ਲੋਕੇ ਸਾਧ ਮੁਰਾਦੇ ਕੁਝ ਤੁਰ ਗਏ ਖੋਰੇ ਕਿੰਨਿਆਂ ਤੇ ਵਰਤ ਜਾਣਾ ਏ ਪਾਣਾ ਇਸ ਸਾਲ ਇਸ ਵਾਰ ਮੁਬਾਰਕ ਸਾਲ ਨਵਾਂ ਮੈਥੋਂ ਨਹੀਂ ਆਖਿਆ ਜਾਣਾ ਇਸ ਪੰਜਾਬੀ ਵਿੱਚ ਤੁਹਾਡਾ ਸਵਾਗਤ ਹੈ ਜੀ ਕਿਸਾਨੀ ਸੰਘਰਸ਼ ਦੇ ਵਿੱਚ ਪੰਜਾਬੀ ਗਾਇਕ ਸਮੇਂ-ਸਮੇਂ ਚਿਰ ਆਪਣੀਆਂ ਹਾਜ਼ਰੀਆਂ ਲਵਾਉਂਦੇ ਰਹਿੰਦੇ ਨੇ ਅੱਜ ਬਾਈ ਸਾਡੇ ਨਾਲ ਪੰਮਾ ਡੂਮੇਵਾਲ ਹਾਜ਼ਰ ਨੇ ਇਹ ਵੀ ਆਪਣੀ ਹਾਜ਼ਰੀ ਲਵਾਉਣ ਆਏ ਨੇ ਸਮੇਂ-ਸਮੇਂ ਉਹ ਤਾਂ ਪਹਿਲਾਂ ਵੀ ਲਵਾਉਂਦੇ ਰਹੇ ਨੇ ਇਹਨਾਂ ਦੇ ਅਸੀਂ ਇਹਨਾਂ ਤੋਂ ਪੁੱਛਦੇ ਵੀ ਕਿਸ ਤਰ੍ਹਾਂ ਦੀ ਹੁਣ ਜਿਹੜੀ ਰਣਨੀਤੀ ਚੱਲ ਰਹੀ ਹੈ ਜੀ ਕਿਉਂਕਿ ਤੁਸੀਂ ਤਾਂ ਪਹਿਲੇ ਦਿਨਾਂ ਤੋਂ ਜੁੜੇ ਹੋਏ ਹੋ ਕੀ ਦੇਖਦੇ ਹੋ ਅੱਜ ਕਿੱਥੇ ਖੜਾ ਸੰਘਰਸ਼ ਪਹਿਲਾਂ ਸਾਰਿਆਂ ਤੋਂ ਫਤਿਹ ਸਾਂਝੀ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਰਕਾਰ ਨੇ ਜਿਹੜਾ ਅੜੀਅਲ ਰੁੱਖ ਅਪਣਾਇਆ ਆ ਕਿਉਂਕਿ ਥੋਪ ਤਾਂ ਦਿੱਤੇ ਹੁਣ ਵਾਪਸ ਲੈਣ 'ਚ ਤਕਲੀਫ ਮਹਿਸੂਸ ਹੋ ਰਹੀ ਕਿਉਂਕਿ ਕਾਰਪੋਰੇਟ ਘਰਾਣਿਆਂ ਨੂੰ ਸਾਰਾ ਕੁਛ ਵੇਚਣ ਦੀ ਸਿਸਟਮ ਹੋ ਚੁੱਕਿਆ ਆ ਸੋ ਅੜੀਅਲ ਰਵੱਈਆ ਔਰ ਪੰਜਾਬੀਆਂ ਨੇ ਬੜੇ ਸਹਿਜਤਾ ਦੇ ਨਾਲ ਮੈਨੂੰ ਲੱਗਦਾ ਅੱਜ ਵੀਰੇ 45 ਦਿਨ ਹੋ ਗਏ ਆ ਔਰ ਮੈਂ ਜ਼ਰੂਰ ਇਹ ਬੇਨਤੀ ਕਰੂੰਗਾ ਕਿ ਇਹ ਸਬਰ ਔਰ ਜਬਰ ਦਾ ਮੁਕਾਬਲਾ ਹੈ ਜਿੱਤ ਸਾਡੇ ਸਬਰ ਦੀ ਹੋਣੀ ਹੈ ਹੌਸਲੇ ਬੁਲੰਦ ਤੁਸੀਂ ਰੱਖਿਓ ਕੋਈ ਨਹੀਂ ਆ ਮੀਂਹ ਕਣੀਆਂ ਇਹ ਪੰਜਾਬੀਆਂ ਨਾਲ ਪਹਿਲਾਂ ਤੋਂ ਹੀ ਕਈ ਵਾਰ ਕੁਦਰਤ ਵੀ ਸਾਡੇ ਨਾਲ ਧੱਕਾ ਕਰਦੀ ਆ ਸੋ ਰਾਤੀ ਬੜਾ ਇੱਕ ਵਾਰ ਤਾਂ ਦਿਲ ਨੂੰ ਭਾਵੁਕ ਜਿਹਾ ਹੋ ਗਿਆ ਜਦੋਂ ਇੱਥੇ ਨਾ ਉਹ ਜਿਹੜੇ ਟੈਂਟ ਵੀ ਵੀਰਿਆ ਬਣਾਏ ਆ ਉਹ ਮੀਂਹ ਉੱਤੋਂ ਪੈ ਕੇ ਕੋਈ ਥੱਲੇ ਪਾਣੀ ਥੱਲਿਓਂ ਚਲ ਗਿਆ ਸੜਕਾਂ ਰਾਹੀਂ ਹੈ ਨਾ ਸੋ ਬੜਾ ਦਿਲ ਭਾਵੁਕ ਹੋਇਆ ਕਿ ਅੱਜ ਅੰਨਦਾਤਾ ਲੋਕਾਂ ਨੂੰ ਉਗਾ ਕੇ ਬੱਚਿਆਂ ਵਾਂਗੂ ਪਾਲ ਕੇ ਫਸਲ ਖਿਲਾਉਣ ਵਾਲਾ ਅੱਜ ਸੜਕਾਂ 'ਤੇ ਪਿਆ ਉਹ ਵੀ ਗਿੱਲੇ ਥਾਂ ਅੱਤ ਦੀ ਸਰਦੀ 'ਚ ਸੋ ਬੜਾ ਭਾਵੁਕ ਹੋਇਆ ਔਰ ਮੈਂ ਬੇਨਤੀ ਕਰੂੰਗਾ ਜਿੰਨੇ ਵੀ ਅਜੇ ਪੰਜਾਬ 'ਚ ਮੇਰੇ ਭਰਾ ਬੈਠੇ ਜਾਂ ਹੋਰ ਸਟੇਟਾਂ 'ਚ ਇੱਕ ਵਾਰ ਜ਼ਰੂਰ ਕਿਰਪਾ ਕਰਕੇ ਇਸ ਅੰਦੋਲਨ ਦਾ ਹਿੱਸਾ ਬਣਿਓ ਭਾਵੇਂ 1 ਦਿਨ ਲੈ ਕੇ ਆਇਓ 2 ਦਿਨ ਲੈ ਕੇ ਆਇਓ ਇਹ ਸੰਘਰਸ਼ ਜ਼ਰੂਰ ਹਾਜ਼ਰੀ ਲਵਾਇਓ ਇਹ ਬੇਨਤੀ ਆ ਕੀ ਲੱਗਦਾ ਬਾਈ ਜੀ ਜਿਹੜੇ ਤੁਸੀਂ ਜਿਵੇਂ ਕਿਹਾ ਵੀ ਪਿੱਛੇ ਬੈਠਿਆਂ ਨੂੰ ਅਪੀਲ ਹੈ ਬਾਰ ਬਾਰ ਅਪੀਲ ਕਰਨੀ ਪੈ ਰਹੀ ਹੈ ਕੁਛ ਜਿਹੜੇ ਨੌਜਵਾਨ ਆ ਜਾਂ ਕੁਛ ਬਜ਼ੁਰਗ ਆ ਕਈਆਂ ਦੀ ਤਾਂ ਚਲੋ ਮਜਬੂਰੀਆਂ ਹੁੰਦੀਆਂ ਨੇ ਪਰ ਫਿਰ ਵੀ ਬਾਰ ਬਾਰ ਅਪੀਲ ਕਰਨ 'ਤੇ ਵੀ ਕੁਛ ਐਸੇ ਨੌਜਵਾਨ ਨੇ ਜਿਹੜੇ ਉੱਥੇ ਹੀ ਹਾਲੇ ਬੈਠੇ ਨੇ ਇੱਥੇ ਆਉਣ ਦਾ ਨਾਂ ਨਹੀਂ ਲੈਂਦੇ ਪਰ ਚਲੋ ਪਿੱਛੇ ਵੀ ਜ਼ਰੂਰੀ ਹੈ ਇਹ ਤੁਹਾਨੂੰ ਕੀ ਲੱਗਦਾ ਵੀ ਕੀ ਕਿੱਥੇ ਕਮੀ ਰਹਿੰਦੀ ਹੈ ਨਹੀਂ ਨਹੀਂ ਕਮੀ ਵੀਰ ਜੀ ਹੁਣ ਅਗਲਾ ਨਾ ਸਾਨੂੰ ਆਪਾਂ ਨੂੰ ਪਤਾ ਸੰਘਰਸ਼ ਲੰਬਾ ਜਾਣਾ ਕੋਈ ਗੱਲ ਨਹੀਂ ਜਿਹੜੇ ਨਹੀਂ ਵੀ ਆਏ ਕਿਉਂਕਿ ਆਪਾਂ ਨੂੰ ਉਹ ਕਹਿੰਦੀਆਂ ਲੱਤਾਂ ਖਿੱਚਣ ਵਾਲਾ ਟਾਈਮ ਨਹੀਂ ਹੈ ਹੱਲਾਸ਼ੇਰੀ ਦੇ ਕੇ 10 ਮੰਨ ਲਓ ਕਿਸੇ ਪਿੰਡ 'ਚੋਂ 10 ਭਰਾ ਇੱਥੇ ਆਏ ਆ
हर एक दे परिवार है जिम्मेवारियां हर एक दियां बनियां आ पिछों दस भरा आ जाण दस तों चले जाण वह मतलब हुण आपां नूं पिंडां च पेपर वर्क करना पऊगा अपनियां ड्यूटियां लई दस भरा आ जाण दस चल गए दस आ गए महीना दो महीने चार महीने छे महीने ये तो अगला किसान जथेबंदियां कोई प्रोग्राम लिखणगियां नक च दम तां करना पऊगा ना ਜਿਵੇਂ ਤੁਸੀਂ ਦੇਖਿਆ ਵੀ ਬਾਰਿਸ਼ ਹੋ ਰਹੀ ਹੈ ਬੜੀ ਕਈ ਵਾਰੀ ਤੁਹਾਨੂੰ ਪਤਾ ਬਲੋਕੇਜ ਹੋ ਜਾਂਦੀ ਹੈ ਚੀਜ਼ਾਂ ਨਾਲ ਕਿਉਂਕਿ ਚੀਜ਼ਾਂ ਬਹੁਤ ਕੂੜਾ ਕਰਕਟ ਪਿਆ ਜਿੰਨੀ ਸਾਡੇ ਵੀਰ ਜਿਹੜੇ ਕਿਸਾਨ ਵੀਰ ਸਫਾਈਆਂ ਕਰਦੇ ਨੇ ਪਰ ਰਾਤ ਨੂੰ ਜਿਹੜੇ ਇੱਥੇ ਸਫਾਈ ਕਰਮਚਾਰੀ ਆਉਂਦੇ ਆ ਕਹਿਣ ਨੂੰ ਤਾਂ ਸਫਾਈ ਕਰਦੇ ਝਾੜੂ ਵੀ ਮਾਰਦੇ ਆ ਪਰ ਤੁਸੀਂ ਦੇਖਿਆ ਹੋਵੇ ਕਿ ਰਸਤੇ ਦੇ ਵਿੱਚ ਕਿੰਨਾ ਗਾਰਾ ਪਿਆ ਦੂਜਾ ਪਿਆ ਜੇ ਕਿਸਾਨ ਵੀਰਾਂ ਨੇ ਆਪਣੀ ਹੈਲਪ ਦੇਣ ਦੀ ਕੋਸ਼ਿਸ਼ ਕੀਤੀ ਸਰਕਾਰ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਨਾ ਕਰਤੀ ਵੀ ਤੁਸੀਂ ਕੁਛ ਨਹੀਂ ਕਰਨਾ ਪਰ ਰਸਤੇ ਦੇ ਵਿੱਚ ਦੇਖੋ ਤੁਸੀਂ ਵੀ ਗਾਰਾ ਕੱਢੀਆਂ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਇਹ ਵੀਰ ਜੀ ਸਫਾਈ ਮੁਹਿੰਮ ਤਾਂ ਉਸ ਦਿਨ ਤੋਂ ਚੱਲ ਰਹੀ ਮੈਂ ਕਈ ਭਰਾ ਇੱਥੇ ਦੇਖਿਆ ਜਿਹੜੇ ਮੀਡੀਆ ਅੱਗੇ ਵੀ ਨਹੀਂ ਆਏ ਆ ਪਰ ਉਹਨਾਂ ਨੇ ਨਾ ਬਕਾਇਦਾ ਟੀਮ ਵਰਕ ਚੱਲ ਰਿਹਾ ਉਹ 10-15 ਭਰਾ ਜੁੜੇ ਰਾਤ ਨੂੰ ਸਫਾਈ ਕਰਦੇ ਆ ਚਲੋ ਜੇ ਨਹੀਂ ਵੀ ਕਹਿੰਦੇ ਪਰ ਸਾਡਾ ਹੁਣ ਫਰਜ਼ ਆ ਆਪਾਂ ਇੱਥੇ ਰਹਿਣਾ ਆ ਮੋਰਚਾ ਫਤਿਹ ਕਰਕੇ ਜਾਈਏ ਫਿਰ ਵੀ ਸਾਫ਼ ਸੁਥਰਾ ਕਰਕੇ ਜਾਈਏ ਤਾਂ ਕਿ ਸਿਆਣੇ ਕਹਿੰਦੇ ਨਾ ਕਿਸੇ ਵੀ ਕੁੱਲ ਦਾ ਉਹਦੀ ਔਲਾਦ ਦਾ ਉਹਦੀ ਕੁੱਲ ਤੋਂ ਪਤਾ ਲੱਗਦਾ ਸੰਸਕਾਰਾਂ ਦਾ ਪਤਾ ਲੱਗਦਾ ਬੜੀ ਸਹਿਜਤਾ ਦੇ ਨਾਲ ਢੰਗ ਦੇ ਨਾਲ ਸਾਫ਼ ਸਫਾਈ ਸਿਸਟਮ ਅਜੇ ਪਤਾ ਨਹੀਂ ਕਿੰਨਾ ਚਿਰ ਆਪਾਂ ਨੂੰ ਲੰਬਾ ਰਹਿਣਾ ਪੈਣਾ ਪਰ ਕਿਸਾਨਾਂ ਦਾ ਕਹਿਣਾ ਵੀ ਅਸੀਂ ਉਹਨਾਂ ਨੂੰ ਸਫਾਈ ਦੇਣ ਨੂੰ ਤਿਆਰ ਹਾਂ ਵੀ ਅਸੀਂ ਕਹਿੰਦੇ ਵੀ ਸਾਡੀ ਤੁਸੀਂ ਹੈਲਪ ਲਵੋ ਸਾਡੀ ਸਹਾਇਤਾ ਲਵੋ ਪਰ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹਨੇ ਮੂਹਰੇ ਲੱਗ ਕੇ ਕਿਹਾ ਵੀ ਅਸੀਂ ਤੁਹਾਡੀ ਹੈਲਪ ਨਹੀਂ ਲੈਣੀ ਕਿਤੇ ਇਹਦਾ ਇਹ ਤਾਂ ਨਹੀਂ ਹੈ ਵੀ ਇੱਥੇ ਗਾਰਾ ਹੋਏਗਾ ਕਿਉਂਕਿ ਉਸ ਦੇ ਵਿੱਚ ਮੇਰੇ ਖਿਆਲ ਜਾਨਵਰ ਵੀ ਰਹਿਣਾ ਜਾਂ ਖੜਨਾ ਪਸੰਦ ਨਹੀਂ ਕਰਦੇ ਜਿੰਨਾ ਇੱਥੇ ਚੱਕਰ ਵਗੈਰਾ ਹੋਇਆ ਜਿੰਨਾ ਇੱਥੇ ਗੰਦ ਹੋਇਆ ਵੀਰ ਜੀ ਇਹ ਤਾਂ ਉਹਨਾਂ ਦੀ ਕੋਸ਼ਿਸ਼ ਹੈਗੀ ਹੈ ਨਾ ਪਾਲਿਸੀ ਕਿਸੇ ਅੰਦੋਲਨ ਨੂੰ ਫੇਲ ਕਰਨ ਦੇ ਲਈ ਬਹੁਤ ਪਾਲਿਸੀਆਂ ਚੱਲਦੀਆਂ ਪਹਿਲਾਂ ਰੌਲਾ ਪਿਆ ਇੱਥੋਂ ਵੀ ਕਈਆਂ ਨੇ ਮੇਰੇ ਭਰਾਵਾਂ ਨੇ ਕਿਹਾ ਵੀ ਤੁਸੀਂ ਬਚ ਕੇ ਰਹੋ ਇਹ ਕੁੜੀਆਂ ਵੀ ਇੱਥੇ ਛੱਡਣਗੇ ਤੁਹਾਡੇ ਚਰਿੱਤਰ ਦੀ ਪਰਖ ਹੋਊਗੀ ਉਹ ਤੋਂ ਬਾਅਦ ਫਿਰ ਬੰਦੇ ਤਰ੍ਹਾਂ ਤਰ੍ਹਾਂ ਦੇ ਛੱਡਣੇ ਫਿਰ ਉਹ ਤੋਂ ਬਾਅਦ ਅੱਜ ਇੱਥੇ ਤੁਹਾਡੇ ਥੋੜ੍ਹਾ ਸਮੇਂ ਪਹਿਲਾਂ ਉਹ ਪੈਂਫਲੇਟ ਵੀਰ ਵਰਤ ਰਹੇ ਕਹਿੰਦੇ ਹਾਂ ਕਹਿੰਦੇ ਕਾਨੂੰਨ ਬਹੁਤ ਵਧੀਆ ਸਾਡੀ ਜੀਓ ਏਅਰਲਾਈਨ ਸਾਡਾ ਸਾਰਾ ਕੁਛ ਵਧੀਆ ਸੋ ਉਹਨਾਂ ਵੱਲੋਂ ਹਰ ਕੋਸ਼ਿਸ਼ ਭਾਅ ਜੀ ਅਪਣਾਈ ਆਊਗੀ ਵੀ ਕਿਸੇ ਨਾ ਕਿਸੇ ਤਰ੍ਹਾਂ ਇਸ ਮੂਵਮੈਂਟ ਨੂੰ ਫੇਲ ਕਰੀਏ ਕਿਉਂਕਿ ਜਨ ਅੰਦੋਲਨ ਬਣ ਚੁੱਕਿਆ ਹਮੇਸ਼ਾ ਸਾਡੇ ਨਾਲ ਧੱਕਾ ਹੁੰਦਾ ਰਿਹਾ ਜਦੋਂ ਕਿਸੇ ਧਰਮ ਦੇ ਨਾਂ 'ਤੇ ਕੋਈ ਮੂਵਮੈਂਟ ਹੁੰਦੀ ਨਾ ਧੱਕਾ ਦੇ ਕੇ ਚਲਾ ਦਿਓ ਗੋਲੀਆਂ ਮਾਰ ਦਿਓ ਇਹਨਾਂ ਨੂੰ ਪੁੱਛਣਾ ਅੱਜ ਅੰਨਦਾਤੇ ਦੇ ਨਾਲ ਹਰ ਵਰਗ ਜੁੜ ਗਿਆ ਦੇਸ਼ ਦੇ ਹਰ ਖੇਤਰਾਂ 'ਚੋਂ ਜਾਂ ਅੰਨ ਦੇ ਨਾਲ ਪਿਆਰ ਅਦਬ ਉਹਦੀ ਸਤਿਕਾਰ ਕਰਨ ਵਾਲੇ ਭਾਵੇਂ NRI ਸਾਡੇ ਭਰਾ ਆ ਉਹ ਇਹਨਾਂ ਨੂੰ ਹੁਣ ਪਾਲਾ ਹਰ ਮੁਲਕ ਦੇ ਵਿੱਚ ਸਾਡੀ ਸੈਂਟਰ ਸਰਕਾਰ ਦੇ ਲਈ ਥੂ ਥੂ ਹੋ ਰਹੀ ਕੋਈ ਸ਼ੱਕ ਨਹੀਂ ਪਰ ਹੁਣ ਆਪਾਂ ਇੱਥੇ ਇਹ ਵੀ ਅਸੀਂ ਭਾਰਤ ਮੁਲਕ ਨੂੰ ਮਾੜਾ ਨਹੀਂ ਕਹਿ ਸਕਦੇ 80% ਸ਼ਹਾਦਤਾਂ ਦੇ ਕੇ ਆਜ਼ਾਦੀ ਲਈ ਆ ਪਰ ਇੱਕ ਦਿਨ ਭਗਤ ਸਰਾਭਾ ਬੋਲੇ ਹੰਝੂ ਰਾਜਗੁਰੂ ਨੇ ਡੋਲੇ ਬੈਠੇ ਹਾਂ ਪਾਜੀ ਦੇ ਕੋਲੇ ਪਰ ਰੂਹ ਨੂੰ ਚੈਨ ਨਾ ਆਉਂਦੀ ਹੈ ਇਹਨਾਂ ਚੋਰਾਂ ਦੇ ਵਸ ਪੈ ਕੇ ਭਾਰਤ ਮਾਂ ਕਰਲਾਉਂਦੀ ਹੈ ਪਰ ਬਿੱਲ ਜਿਵੇਂ ਦੇਖਿਆ ਜਾਂਦਾ ਵੀ 4 ਤਰੀਕ ਸੀ ਲੱਗਦਾ ਸੀ ਕੁਛ ਆਏਗਾ ਉਹਨਾਂ ਕੋਲ ਚੰਗੀ ਖਬਰ ਆਏਗੀ ਉਹਨਾਂ ਨੇ ਵੈਸੇ ਜਿਹੜੇ ਦੋ ਪਰਾਲੀ ਵਾਲੇ ਨੂੰ ਲੈ ਕੇ ਬਿਜਲੀ ਵਾਲੇ ਨੂੰ ਲੈ ਕੇ ਦੋ ਆਪਣੇ ਕੰਨਿਓ ਉਹਨਾਂ ਨੇ ਕਿਹਾ ਇੱਕ ਜਿਵੇਂ ਲੋਲੀਪੋਪ ਦੇ ਤਾ ਵੀ ਜੇ ਅਸੀਂ ਕਾਨੂੰਨ ਰੱਦ ਕਰਾਂਗੇ ਜਦਕਿ ਉਸ ਏਜੰਡੇ ਤੋਂ ਅਸੀਂ ਬਹੁਤ ਹਟ ਕੇ ਸੀਗੇ ਕਿਸਾਨ ਨੇ ਆਪਣੇ ਕੰਨਿਓ ਦਿੱਤਾ ਗਿਆ ਆਪਣੀ ਚੰਗੀ ਛਵੀ ਇੱਕ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਦੇਸ਼ ਵਾਸੀਆਂ ਸਾਹਮਣੇ ਪਰ ਅੱਜ ਜਿਹੜੀ ਹੁਣ 4 ਤਰੀਕ ਨੂੰ ਉਹਨਾਂ ਨੇ ਜਵਾਬ ਦੇ ਕੇ ਗਾਹਾਂ ਵਾਲੀ ਰਣਨੀਤੀ ਜਿਹੜੀ ਤੈਅ ਕੀਤੀ ਵੀ ਅਗਾਂਹ ਦੱਸਾਂਗੇ ਕੀ ਤੁਹਾਨੂੰ ਲੱਗਦਾ ਵੀ ਆਪਾਂ ਨੂੰ ਜਾਣਾ ਚਾਹੀਦਾ ਕਿ ਹਾਂ ਜਾਂ ਨਾ 'ਚ ਜਵਾਬ ਲੈਣਾ ਚਾਹੀਦਾ ਨਹੀਂ ਚਲੋ ਵੀਰ ਜੀ ਅਸੀਂ ਤਾਂ ਮੈਂ ਸਮਝਦਾ ਜੇ ਬੱਚੇ ਆ ਕਿਸਾਨ ਜਥੇਬੰਦੀਆਂ ਹੁਣ ਅਸੀਂ ਜੁੜੇ ਹਾਂ ਜਿਨ੍ਹਾਂ ਦੀ 20-30 ਸਾਲ ਉਮਰ ਲੰਘੀ ਸਾਡੇ ਤੋਂ ਵੱਧ ਸਿਆਣੇ ਆ ਪਰ ਮੈਨੂੰ ਲੱਗਦਾ ਜਿੱਦਾਂ ਆਪਾਂ ਨਹੀਂ ਕਿਸੇ ਨੂੰ ਮੈਂ ਆਪਣੇ ਦੱਸਦਾ ਆ ਸਾਡੇ ਮੈਨੇਜਰ ਸਾਹਿਬ ਖੜੇ ਆ ਪ੍ਰੋਗਰਾਮ ਬੁੱਕ ਕਰਨਾ ਹੋਵੇ ਨਾ ਸਾਨੂੰ ਪਤਾ ਲੱਗ ਜਾਂਦਾ ਇਹ ਦੱਸਦੇ ਹੁੰਦੇ ਜਿਹਨੇ ਬੁੱਕ ਕਰਨਾ ਉਹ ਬਾਹਲੇ ਫੇਰੀਆਂ ਫੇਰੀਆਂ ਨਹੀਂ ਕਰਦਾ ਹੁੰਦਾ ਆਪੇ 5-10 ਹਜ਼ਾਰ ਨਹੀਂ ਦੇਖਣਾ ਜਿਹਨੇ ਪੁੱਛੀ ਜਾਣਾ ਭਾਅ ਜੀ ਕਿੰਨੇ ਘੰਟੇ ਪ੍ਰੋਗਰਾਮ ਕਰਦੇ ਹੁੰਦੇ ਅੱਛਾ ਇੰਨੇ ਪੈਸੇ ਇੰਨੇ ਕੁ 20 ਥੱਲੇ ਆ ਜਾਓ ਅੱਛਾ ਭਾਅ ਜੀ ਫਿਰ DJ ਵੀ ਨਾਲ ਲਿਆਉਂਗੇ ਸਾਊਂਡ ਦੇ ਉਹ ਉਸੇ ਤਰ੍ਹਾਂ ਦੇ ਲੋਲੀਪੋਪ ਇਹ ਦੇ ਰਹੇ ਆ ਚਾਰ ਪੇ ਥੱਕ ਜਾਣਗੇ ਟੁੱਟ ਜਾਣਗੇ ਕਿੰਨਾ ਚਿਰ ਬੈਠੇ ਰਹਿਣਗੇ ਆ ਉੱਪਰੋਂ ਕੁਦਰਤੀ ਆਫਤਾਂ ਸ਼ੁਰੂ ਹੋ ਗਈਆਂ ਇਹ ਸਬਰ ਪਰਖਦੇ ਆ ਆਪਣਾ ਪਰ ਇੱਥੇ ਸਾਨੂੰ ਬਹੁਤ ਸਹਿਜਤਾ ਦੇ ਨਾਲ ਆਪਣੇ ਜੁਝਾਰੂਆਂ 'ਚ ਹੌਸਲਾ ਇੱਥੇ ਮੈਂ ਤਾਂ ਅੱਜ ਵੀਰੇ 5ਵੀਂ ਵਾਰ ਆਇਆ ਹਮੇਸ਼ਾ ਹਫ਼ਤੇ ਬਾਅਦ ਕੋਸ਼ਿਸ਼ ਕਰਦੇ ਰਹਾਂਗੇ ਕੋਈ ਕਵਿਤਾ ਰਾਹੀਂ ਭਾਵੇਂ 2 ਮਿੰਟ ਮਿਲਣ 5 ਮਿੰਟ ਉਹ ਜੋਸ਼ੀਲੇ ਇਹਨਾਂ ਨੂੰ ਹੌਸਲਾ ਮਿਲਦਾ ਰਹੇ ਆਪਾਂ ਜਿੱਤ ਕੇ ਜਾਵਾਂਗੇ ਮਾਰ ਔਰ ਸਭ ਤੋਂ ਵੱਡੀ ਮਾਲਕ ਦੀ ਇਹ ਕਿਰਪਾ ਹੋ ਜਾਏ ਕਿ ਬੜੀ ਸਹਿਜਤਾ ਦੇ ਨਾਲ ਬੜੇ ਠਰੰਮੇ ਦੇ ਨਾਲ ਬਿਨਾਂ ਜਾਨੀ ਨੁਕਸਾਨ ਤੋਂ ਰੋਜ਼ ਦੇ 2 ਜਾਂ 3 ਜਿਹੜੀਆਂ ਸ਼ਹੀਦ ਹੈ ਉਹ ਪੰਜਾਬ ਵੱਲ ਜਾ ਰਹੇ ਆ ਪਰ ਉਹਨਾਂ ਦੇ ਪਰਿਵਾਰ ਜਾਣਦੇ ਆ ਕਹਿ ਦੇਣਾ ਬੜਾ ਸੌਖਾ ਆ ਪਰ ਉਹਨਾਂ ਦੇ ਪਰਿਵਾਰ ਜਾਣਦੇ ਆ ਜ਼ਿੰਦਗੀ ਦੇ ਅਖੀਰੀ ਸਾਹ ਤੱਕ ਇਹਨਾਂ ਨੂੰ ਲਾਣ ਤਾਂ ਪੈਣੀਆਂ ਮੈਂ ਤਾਂ ਅਜੇ ਵੀ ਬੇਨਤੀ ਚਲੋ ਸਾਡੀ ਇੰਨੀ ਹੈਸੀਅਤ ਨਹੀਂ ਪਰ ਬੇਨਤੀ ਜ਼ਰੂਰ ਕਰੂੰਗਾ ਬਦ ਦੁਆਵਾਂ ਨਹੀਂ ਜ਼ਿੰਦਗੀ 'ਚ ਬਹੁਤੀਆਂ ਲੈਣੀਆਂ ਚਾਹੀਦੀਆਂ ਅੰਤ ਜਦ ਅੱਤ ਚੱਕਦੇ ਫੇਰ ਹੁੰਦਾ ਹੈ ਪਹਿਲਾਂ ਦਾ ਇਤਿਹਾਸ ਦੇਖੀਏ ਔਰੰਗਜ਼ੇਬ ਦੇਖ ਲਈਏ ਉਹ
ਤੁਹਾਡੀ ਗੱਲ ਚੋਂ ਗੱਲ ਨਿਕਲੀ ਜੀ, ਜਿਵੇਂ ਆਪਣੇ ਕਿਸਾਨ ਆਗੂ ਨੇ ਸਟੇਜ 'ਤੇ ਨੇ, ਉਹ ਸੀਨੀਅਰ ਨੇ, ਬਹੁਤ ਚਿਰ ਹੋ ਗਿਆ, ਤੁਸੀਂ ਵੀ ਕਿਹਾ ਉਹਨਾਂ ਨੂੰ 20-30 ਸਾਲ ਹੋ ਗਏ ਉਹਨਾਂ ਨੂੰ ਅਗਵਾਈਆਂ ਕਰਦੇ ਹੋਏ, ਪਰ ਅੱਜ ਦੇ ਵਿੱਚ ਕੁਛ ਨੌਜਵਾਨਾਂ ਦੀ ਵੀ ਸਾਨੂੰ ਓਨੀ ਹੀ ਸ਼ਾਇਦ ਲੋੜ ਆ, ਕਿਉਂਕਿ ਜੇ ਮੂਹਰੇ ਉਹ ਲੱਗਣਗੇ ਤਾਂ ਕੁਛ ਹੋਵੇਗਾ, ਕਿਉਂਕਿ ਕੱਲ੍ਹ ਸਟੇਜ ਤੋਂ ਬੋਲਿਆ ਗਿਆ ਸੀ, ਥੋੜ੍ਹੇ ਦਿਨ ਪਹਿਲਾਂ ਵੀ ਬੋਲਿਆ ਗਿਆ ਵੀ ਸਾਨੂੰ ਇਹ ਫੇਸਬੁੱਕ ਹੀ ਇਹ ਕਹਿ ਕੇ ਉਹਨਾਂ ਨੂੰ ਸੰਬੋਧਨ ਕੀਤਾ ਗਿਆ, ਤੁਹਾਨੂੰ ਕੀ ਲੱਗਦਾ? ਦੇਖੋ, ਸਲਾਹ ਮਸ਼ਵਰਾ ਹਰ ਬੰਦੇ ਦੀ ਲੈਣ ਦੀ ਲੋੜ ਆ, ਅੱਜ ਇੱਥੇ ਹਰ ਬੰਦੇ ਦਾ ਯੋਗਦਾਨ ਆ। ਚਲੋ, ਇੱਕ ਸਾਰੀ ਕਮਿਊਨਿਟੀ ਨੇ ਕੋਈ ਲੀਡਰ ਹੁੰਦੇ ਆ, ਉਹਨਾਂ ਦਾ ਸਤਿਕਾਰ ਬਿਲਕੁਲ ਜਾਇਜ਼ ਆ, ਪਰ ਜਿਹੜੇ ਪਿੱਛੇ ਟੀਮ ਵਰਕ ਕਰ ਰਹੀ ਉਹਨਾਂ ਦੇ ਵਿਚਾਰ ਲੈਣ 'ਚ ਮੈਨੂੰ ਨਹੀਂ ਲੱਗਦਾ ਕੋਈ ਹਰਜ ਆ, ਮੰਨਣਾ ਨਾ ਮੰਨਣਾ, ਪਰ ਸੁਣ ਜ਼ਰੂਰ ਲੈਣਾ ਚਾਹੀਦਾ ਕਿ ਇਹਨਾਂ ਦੀ ਓਪੀਨੀਅਨ, ਇਹਨਾਂ ਦੇ ਵਿਚਾਰ ਕੀ ਆ। ਕਿਉਂਕਿ ਕੱਲ੍ਹ ਭਾਈ ਰਵੀ ਸਿੰਘ ਜੀ ਨੇ ਵੀ ਕਿਹਾ ਵੀ ਤੁਸੀਂ ਨਹੀਂ ਸਾਡੀ ਕੋਈ ਨਹੀਂ ਗੱਲ ਸੁਣਨੀ, ਨਾ ਸੁਣੋ, ਪਰ ਸਾਨੂੰ ਨਾਲ ਤਾਂ ਖੜਾ ਸਕਦੇ ਹੋ। ਨਹੀਂ, ਜ਼ਰੂਰ, ਬਿਲਕੁਲ ਬਣਦਾ ਬਣਦਾ ਸਤਿਕਾਰ ਇੱਥੇ ਹਰ, ਕਿਉਂਕਿ ਭਾਜੀ ਇਹ ਕਿਸੇ ਜਥੇਬੰਦੀ ਦਾ ਇੱਕ ਦਾ ਅੰਦੋਲਨ ਨਹੀਂ ਹੈ, ਜਨ ਅੰਦੋਲਨ ਹੈ ਆਮ ਲੋਕਾਂ ਦਾ, ਜਿਹੜੇ ਸਿਰਾਂ 'ਤੇ ਕੱਫਣ। ਹੁਣ ਮੈਂ ਗੀਤ ਪੜ੍ਹ ਕੇ ਆਇਆ, ਉਹ ਬਾਪੂ ਭੱਜਿਆ ਉੱਥੋਂ ਜਦੋਂ ਗੀਤ ਮੁੱਕਿਆ, ਜਿੱਤ ਕੇ ਜਾਵਾਂਗੇ ਜਾਂ ਫਿਰ ਮਰ ਕੇ, ਉਹ ਬਾਪੂ ਨੱਠਿਆ 100 ਰੁਪਏ ਲੈ ਕੇ, ਉੱਥੇ ਥੱਲੇ ਵਾਲੇ ਭਰਾ ਮੈਂ ਉਹੀ ਬੈਠਾ ਸੀਗਾ, ਕਹਿੰਦਾ ਯਾਰ ਅੱਜ ਸਾਨੂੰ ਮਹੀਨਾ ਹੋ ਗਿਆ, ਇਹਨੇ ਕਿਸੇ ਨੂੰ 10 ਰੁਪਏ ਨਹੀਂ ਦਿੱਤੇ ਅਤੇ ਤੈਨੂੰ 100 ਰੁਪਏ ਕਿਸੇ ਗੱਲ ਕਰਕੇ ਦਿੱਤੇ ਆ, ਵੀ ਇਹਦਾ ਸਤਿਕਾਰ ਕਬੂਲੀ ਹੈ ਜ਼ਿੰਦਗੀ 'ਚ ਕਿਤੇ ਖਰਚੀ ਨਾ ਆਪਣੇ ਬਣਾ ਕੇ ਨਾ ਡਰੈਮ ਰੂ ਡਰਾਇੰਗ ਇਹ ਯਾਦ ਰੱਖੀ ਵੀ ਤੂੰ ਉੱਥੇ ਕਵਿਤਾ ਗਾਉਂਦਾ ਸੀ ਕਿ ਬਾਪੂ ਨੇ ਅੱਖਾਂ 'ਚੋਂ ਪਾਣੀ। ਉਹ ਬਾਪੂ ਕਾਫੀ ਸਮੇਂ ਰੋਂਦਾ ਰਿਹਾ, ਜਿਹੜੇ ਜਾਣਦੇ ਇਸ ਦਰਦ ਨੂੰ। ਅਖੀਰ ਦੇ ਵਿੱਚ ਤੁਹਾਡੇ ਜਿਹੜਾ ਗੀਤ ਆ ਬਹੁਤ ਮਕਬੂਲ ਹੋਇਆ ਜੀ, ਉਹਦੀਆਂ 2 ਲਾਈਨਾਂ ਅਤੇ ਜਿਹੜੇ ਆਉਣ ਵਾਲੇ ਗਾਣਾ ਉਹਦੀਆਂ 2 ਲਾਈਨਾਂ, ਪੰਜਾਬੀ ਸੰਘਰਸ਼ ਲਈ ਜਿਹੜਾ ਕਹਿਰ ਦੀ ਸਰਦੀ ਵਿੱਚ ਬੈਠੇ ਨੇ ਸੜਕਾਂ ਉੱਤੇ ਬਾਬੇ, ਇਹ ਜਾਣਦੇ ਨਹੀਂ ਚਾਲਾਂ ਚੁਤਰਾਈਆਂ ਲੋਕੇ ਸਾਧ ਮੁਰਾਦੇ, ਕੁਝ ਤੁਰ ਗਏ ਖੋਰੇ ਕਿੰਨਿਆਂ ਤੇ ਵਰਤ ਜਾਣਾ ਏ ਪਾਣਾ, ਇਸ ਸਾਲ ਇਸ ਵਾਰ ਮੁਬਾਰਕ ਸਾਲ ਨਵਾਂ ਮੈਥੋਂ ਨਹੀਂ ਆਖਿਆ ਜਾਣਾ, ਇਸ ਵਾਰ ਮੁਬਾਰਕ ਸਾਲ ਨਵਾਂ ਮੈਥੋਂ ਨਹੀਂ ਆਖਿਆ ਜਾਣਾ। ਇੱਕ ਪਰਸੋਂ ਗੀਤ ਰਿਲੀਜ਼ ਕਰ ਰਹੇ ਹਾਂ, ਉਹ ਜੋਸ਼ ਸਾਡੀਆਂ ਜ਼ਮੀਨਾਂ ਸਾਡੀ ਜ਼ਿੰਦਗੀ ਦਾ ਗਹਿਣਾ ਏ, ਆ ਰੱਦ ਕਰਵਾ ਕੇ ਤਿੰਨੇ ਹੀ ਕਾਨੂੰਨ ਰਹਿਣਾ ਏ, ਹਾਰ ਮੰਨ ਕੇ ਕਿਸੇ ਨਹੀਂ ਪੁੱਛੇ ਮੁੜਨਾ, ਭਾਵੇਂ ਇਕੱਲੇ ਇਕੱਲੇ ਬੈਠੇ ਪੁੱਛ ਲਓ ਕਿਸਾਨ ਤੋਂ, ਜਿੱਤ ਕੇ ਜਾਵਾਂਗੇ ਜਾ ਫਿਰ ਮਰ ਕੇ, ਹੁੰਦਾ ਮਰਦਾਂ ਨੂੰ ਮਿਹਣਾ ਭੱਜਣਾ ਮੈਦਾਨ ਚੋਂ, ਮੁੰਡੇ ਸਾਰੇ ਊਧਮ ਤੇ ਭਗਤ ਸਰਾਬੇ ਨੇ, ਇਹ ਜਿੰਨੇ ਵੀ ਨੇ ਬਾਬੇ ਸਾਰੇ ਗਦਰੀ ਹੀ ਬਾਬੇ ਨੇ, ਮਾਮਾ ਮਾਈ ਪਾਗੋ ਜਈਆਂ ਸਭ ਬੈਠੀਆਂ, ਭੈਣਾਂ ਭੈਣ ਨਾਨਕੀ ਦੀ ਲੱਗਣ ਪਛਾਣ ਚੋਂ, ਉਹ ਜਿੱਤ ਕੇ ਜਾਵਾਂਗੇ ਜਾ ਫਿਰ ਮਰ ਕੇ, ਹੁੰਦਾ ਮਰਦਾਂ ਨੂੰ ਮਿਹਣਾ ਭੱਜਣਾ ਮੈਦਾਨ ਚੋਂ। ਬਹੁਤ ਖੂਬ ਬਾਈ ਜੀ, ਡੇਲੀ ਪੋਸਟ ਨਾਲ ਗੱਲਬਾਤ ਕਰਨ ਲਈ ਤੁਹਾਡਾ ਤੁਹਾਡਾ ਵੀਰੇ ਬਹੁਤ ਧੰਨਵਾਦ। ਵੀਰੇ, ਮੀਡੀਆ ਦਾ ਬਹੁਤ ਵੱਡਾ ਰੋਲ, ਤੁਸੀਂ 26 ਨਵੰਬਰ ਤੋਂ ਹੀ ਜੁੜੇ ਹੋ, ਤੁਹਾਡਾ ਇੱਕ ਬਹੁਤ ਵੱਡੀ ਤੁਹਾਡਾ ਸਤਿਕਾਰ ਹੈ, ਸ਼ਾਬਾਸ਼ੀ ਹੈ ਕਿ ਇਕੱਲੀ ਇਕੱਲੀ ਜਿਹੜੀ ਇੱਥੋਂ ਦੀ ਅਪਡੇਟ ਹੈ, ਭਾਵੇਂ ਕੋਈ ਅਮੈਰੀਕਾ ਕੈਨੇਡਾ ਬਾਹਰਲੇ ਵਰਲਡ 'ਚ ਕਿੱਥੇ ਵੀ ਬੈਠਾ ਆ, ਉਹ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ, ਤੁਹਾਨੂੰ ਦਿਲੋਂ ਸਤਿਕਾਰ ਹੈ ਵੀਰੇ, ਬਹੁਤ ਵੱਡਾ ਯੋਗਦਾਨ ਇਸ ਅੰਦੋਲਨ ਲਈ, ਆਉਣ ਵਾਲੇ ਇਤਿਹਾਸ 'ਚ ਤੁਹਾਡਾ ਵੀ ਲਿਖਿਆ ਜਾਊਗਾ, ਬਹੁਤ ਧੰਨਵਾਦ ਜੀ। ਥੈਂਕ ਯੂ। ਸੋ ਇਹ ਸਨ ਪੰਮਾ ਡੂਬਣੇਵਾਲਾ, ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ, ਔਰ ਉਹਨਾਂ ਨੇ ਇਹ ਵੀ ਕਿਹਾ ਕਿਸਾਨ ਆਗੂਆਂ ਨੂੰ ਵੀ ਕਿਤੇ ਨਾ ਕਿਤੇ ਜਿਹੜੇ ਨੌਜਵਾਨ ਵਰਗ ਹੈ ਉਹਨੂੰ ਆਪਾਂ ਨੂੰ ਨਾਲ ਰੱਖਣਾ ਚਾਹੀਦਾ, ਭਾਵੇਂ ਉਹਨਾਂ ਦੀ ਸਲਾਹ ਨਾ ਮੰਨੋ, ਪਰ ਕਿਤੇ ਨਾ ਕਿਤੇ ਉਹਨਾਂ ਨੂੰ ਨਾਲ ਖੜਾ ਰੱਖਣਾ ਪਊਗਾ, ਤਾਂ ਕਿ ਜਦੋਂ ਵੀ ਉਹਨਾਂ ਦੀ ਲੋੜ ਪਵੇ ਉਹਨਾਂ ਨੇ ਅਸੀਂ ਆਵਾਜ਼ ਮਾਰੀਏ ਅਤੇ ਉਹ ਭੱਜ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ ਸਕਣ। ਸੋ ਕੈਮਰਾਮੈਨ ਪਰਮਿੰਦਰ ਦੇ ਨਾਲ ਭੁਪਿੰਦਰ ਗਰੇਵਾਲ, ਡੇਲੀ ਪੋਸਟ, ਕੁੰਡਲੀ ਬਾਰਡਰ, ਦਿੱਲੀ।